ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਉੜਮੜ ਵਿੱਚ ਪੁਲਿਸ ਨੇ ਲੁਟੇਰਾ ਗਰੋਹ ਨਾਲ ਹੋਏ ਮੁਕਾਬਲੇ ਦੌਰਾਨ ਅਤਿ ਲੋੜੀਂਦੇ ਅਪਰਾਧੀਆਂ ਨੂੰ ਗੋਲੀ, ਸਿੱਕੇ ਅਤੇ ਰਿਵਾਲਵਰ ਸਮੇਤ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਮੁਲਜ਼ਮਾਂ ਨੇ ਪੰਜਾਬ ਵਿੱਚ ਕਈ ਸੰਗੀਨ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਇਸ ਮੁਕਾਬਲੇ ਦੌਰਾਨ ਕਈ ਰਾਊਂਡ ਫਾਇਰ ਵੀ ਹੋਏ। ਐਸਪੀ ਮੰਡੇਰ ਮੁਤਾਬਕ ਪੁਲਿਸ ਨੂੰ ਇਹ ਅਪਰਾਧੀ ਲੋੜੀਂਦੇ ਸਨ। ਇਹ ਜੋ ਮੁਠਭੇੜ ਹੈ, ਹਮਾਰੇ SHO ਵਿਕਰਮ ਸਿੰਘ ਹੈ, SHO ਟਾਂਡਾ, ਇਨਕੇ ਸਾਥ ਇਹ ਦੋ ਕ੍ਰਿਮੀਨਲਸ ਕੀ ਮੁਠਭੇੜ ਹੋਈ ਹੈ। ਇੱਕ ਕਾ ਨਾਮ ਰਜੇਸ਼ ਇਲੀਅਸ ਗੌਰਵ ਹੈ ਔਰ ਇੱਕ ਤਰਨਜੀਤ ਹੈ। ਇਹ ਦੋਨੋਂ ਕੋ ਮੁਠਭੇੜ ਕੇ ਦੌਰਾਨ ਅਰੈਸਟ ਕੀਆ ਗਿਆ ਹੈ। ਪਹਿਲੇ ਇਹਨਾਂ ਨੇ ਐਕਚੁਲੀ ਜਬ ਪੁਲਿਸ ਸੇ ਟਕਰਾ ਹੁਆ ਤੋ ਇਹਨਾਂ ਨੇ ਪੁਲਿਸ ਪੇ ਫਾਇਰ ਕੀਆ ਹੈ, ਤੋ ਫਿਰ ਦੈਨ ਵਿਕਰਮਜੀਤ ਸਿੰਘ ਨੇ ਵੀ ਫਾਇਰ ਕੀਏ। ਮੌਕਾ ਪਰ ਜਬ ਇਨਕੋ ਅਰੈਸਟ ਕੀਆ ਤੋ ਇਨਕੇ ਪਾਸ ਸੇ ਇੱਕ ਦੇਸੀ ਪਿਸਟਲ ਔਰ ਮੈਗਜ਼ੀਨ ਔਰ ਕੁਛ ਅਮਿਨੇਸ਼ਨ ਹਮਨੇ ਰਿਕਵਰ ਕੀਆ ਹੈ। ਬਾਅਦ ਮੇਂ ਇਨਕੇ ਰਿਮਾਂਡ ਕੇ ਡਿਊਰਿੰਗ ਇਨਸੇ ਕੁਛ ਗੋਲਡ ਔਰਨਾਮੈਂਟਸ ਰਿਕਵਰ ਕੀਏ ਹੈਂ, 40,000 ਰੁਪੀਜ਼ ਰਿਕਵਰ ਕੀਏ ਹੈਂ ਔਰ ਕੁਛ LCD, ਦੋ LCDਾਂ ਜੋ ਰਿਕਵਰ ਕੀ ਹੈ। ਜੋ ਇਨਕੀ ਬੈਕਗਰਾਊਂਡ ਹੈ, ਇਨਪੇ ਔਲਰੇਡੀ ਪਹਿਲੇ 14 ਕੇਸਿਸ ਜੋ ਰਜਿਸਟਰਡ ਹੈ, ਜੇ ਕੁਛ ਟਾਈਮ ਸੇ ਦੋਨੋਂ ਬੇਲ ਆਊਟ ਹੋ ਕੇ ਬਾਹਰ ਆਏ ਥੇ ਔਰ ਇਸ ਛੋਟੇ ਸੇ ਪੀਰੀਅਡ ਮੇਂ ਇਹਨੋਨੇ ਐਟਲੀਸਟ 30-35 ਕੇ ਰਾਊਂਡ ਵਾਰਦਾਤੇ ਕੀ ਹੈ ਔਰ ਜਿਸਮੇ ਸੇ 20-25 ਤੋਂ ਰਜਿਸਟਰਡ ਵੀ ਹੈ, ਜੋ ਰਿਕਾਰਡ ਹਮਾਰੇ ਪਾਸ ਆ ਗਿਆ ਹੈ। ਹਮਨੇ ਇਨਕਾ 3 ਦਿਨ ਕਾ ਰਿਮਾਂਡ ਲਿਆ ਹੈ ਔਰ ਡਿਊਰਿੰਗ ਰਿਮਾਂਡ ਹਮ ਦੇਖੇਂਗੇ ਵੀ ਔਰ ਰਿਕਵਰੀ ਕਿਆ ਹੋਤੀ ਹੈ ਔਰ ਜਾਂ ਇਨਕੇ ਸਾਥ ਕੋਈ ਔਰ ਕੋ ਅਕਿਊਜ਼ ਤੋਂ ਨਹੀਂ ਹੈ। ਸਰ, ਜੋ ਜਿਸ ਸਮੇਂ ਇਨਕੋ ਪਕੜਾ ਗਿਆ ਤੋ ਕਿਹਾ ਜਾ ਰਿਹਾ ਹੈ ਕਿ ਉਹਨੇ ਕਿਸੀ ਗਾਓਂ ਮੇਂ ਜਾ ਕਰ ਜੋ ਹੈ ਪੁਲਿਸ ਪਰ ਵੀ ਰਾਊਂਡ ਫਾਇਰ ਕੀਏ ਔਰ ਕਿਤਨੇ ਰਾਊਂਡ ਫਾਇਰ ਕੀਏ, ਜਿਸ ਮੇਂ ਜੇ ਇਹਨਾਂ ਨੂੰ ਲੋਗੋਂ ਨੇ ਪਕੜਾਇਆ ਔਰ ਮਦਦ ਨੇ ਬਹੁਤ ਜ਼ਿਆਦਾ ਸਹਿਯੋਗ ਦਿਆ ਗਾਓਂ ਵਾਸੀਆਂ ਨੇ। ਜੀ ਜੇ ਜੋ ਮੰਨਣ ਗਾਓਂ ਹੈ ਉਸਮੇਂ ਬੇਸਿਕਲੀ ਜੇ ਐਂਟਰ ਹੋ ਗਏ ਤਾਂ ਜਬ SHO ਨੇ ਇਨਕਾ ਪੀਛਾ ਕੀਆ ਹੈ ਤੋ ਫਿਰ ਜੋ ਪੀਛੇ ਲੜਕਾ ਬੈਠਾ ਤਾ ਉਸਨੇ ਦੋ ਰਾਊਂਡ ਫਾਇਰ ਕੀਏ ਤੋ ਦੈਨ SHO ਨੇ ਫਾਇਰ ਕੀਏ। ਜੇ ਦੋਨੋਂ ਫਿਰ ਮੋਟਰਸਾਈਕਲ ਸੇ ਦੌੜ ਕੇ ਗਾਓਂ ਮੇਂ ਐਂਟਰ ਕਰਕੇ ਦੌੜ ਗਏ ਔਰ ਨੋ ਡਾਊਟ ਪਬਲਿਕ ਨੇ ਵੀ ਹੈਲਪ ਕੀ ਹੈ ਔਰ ਇਨਕੀ ਘੇਰਾਬੰਦੀ ਕਰਕੇ ਇਨਕੋ ਅਰੈਸਟ ਕੀਆ।